ਇਹ ਤਿੰਨ ਤਸਵੀਰਾਂ ਉਹਨਾਂ ਪੰਜਾਬੀਆਂ ਦੀਆਂ ਨੇ ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਦਰਦਨਾਕ ਮੌਤ ਹੋਈ ਹੈ ਇੱਕ ਸੜਕੀ ਹਾਦਸੇ ਦੇ ਵਿੱਚ। ਤਿੰਨਾਂ ਦੀ ਹੀ ਜਾਨ ਚਲੀ ਗਈ ਹੈ ਜਿਨ੍ਹਾਂ ਦੇ ਵਿੱਚ ਦੋ ਕੁੜੀਆਂ ਤੇ ਇੱਕ ਮੁੰਡਾ ਸ਼ਾਮਿਲ ਹੈ। ਇਹਨਾਂ ਦੇ ਵਿੱਚੋਂ ਇੱਕ ਤਾਂ ਭੈਣ ਭਰਾ ਨੇ ਤੇ ਦੂਸਰੀ ਉਹਨਾਂ ਦੀ ਸਾਥੀ ਸੀ ਜੋ ਕਿ ਪੜ੍ਹਾਈ ਪੂਰੀ ਕਰਕੇ ਆਪਣੇ ਪਿੰਡ ਵਾਪਸ ਪਰਤ ਰਹੇ ਸਨ। ਪੰਜਾਬ ਆਉਣਾ ਸੀ, ਉਹਨਾਂ ਨੇ ਕੈਬ ਕੀਤੀ ਸੀ, ਕੈਬ ਦੇ ਵਿੱਚ ਸਵਾਰ ਸੀ ਤਾਂ ਚੱਲਦੀ ਕਾਰ ਦਾ ਟਾਇਰ ਫਟ ਗਿਆ, ਟਾਇਰ ਗੱਡੀ ਤੋਂ ਵੱਖ ਹੋ ਗਿਆ ਜਿਸ ਕਰਕੇ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਤਿੰਨੋਂ ਹੀ ਇਸ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਡਿੱਗ ਗਏ ਜਿਸ ਕਰਕੇ ਥਾਂ ਹੀ ਤਿੰਨਾਂ ਦੀ ਜਾਨ ਨਿਕਲ ਗਈ, ਜਦਕਿ ਕੈਬ ਡਰਾਈਵਰ ਜਿਹੜਾ ਉਹ ਜ਼ਖਮੀ ਹੈ, ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇੱਕ ਵੱਡਾ ਹਾਦਸਾ ਕੈਨੇਡਾ ਦੇ ਵਿੱਚ ਵਾਪਰਿਆ, ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਪ੍ਰੋਵਿੰਸ ਨਿਊ ਬ੍ਰੰਸਵਿਕ, ਇਹ ਦੱਸਿਆ ਜਾ ਰਿਹਾ ਜਿੱਥੇ ਸ਼ਹਿਰ ਮੌਕਟਨ ਹੈ ਤੇ ਉੱਥੇ ਹੀ ਇਹ ਹਾਦਸਾ ਵਾਪਰਿਆ ਹੈ। ਦੱਸਦੇ ਕਿ ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦੇ ਵਿੱਚੋਂ ਲੁਧਿਆਣਾ ਦੀ ਸਬ ਤਹਿਸੀਲ ਮਲੌਦ ਦੇ ਪਿੰਡ ਬੁਰਕੜਾ ਦੇ ਰਹਿਣ ਵਾਲੇ ਦੋ ਸਕੇ ਭੈਣ ਭਰਾ ਨੇ ਤੇ ਸਮਾਨਾ ਦੀ ਰਹਿਣ ਵਾਲੀ ਇੱਕ ਰਸਮਦੀਪ ਹੈ ਜਿਨ੍ਹਾਂ ਦੀ ਦਰਦਨਾਕ ਮੌਤ ਹੋਈ ਹੈ। ਇੱਥੇ ਵੀ ਦੱਸ ਦਈਏ ਕਿ ਜਿੱਥੇ ਹਰਮਨ ਸੋਮਲ, ਇੱਥੇ ਵੀ ਦੱਸ ਦਈਏ ਕਿ ਜਿਹੜੇ ਦੋ ਸਕੇ ਭੈਣ ਭਰਾ ਸਨ ਜਿਨ੍ਹਾਂ ਦੇ ਵਿੱਚ ਨਵਜੋਤ ਸੋਮਲ ਜਿਸ ਦੀ ਉਮਰ 19 ਸਾਲ ਸੀ ਤੇ ਉਸਦੀ ਸਕੀ ਭੈਣ ਹਰਮਨ ਸੋਮਲ ਜਿਸ ਦੀ ਉਮਰ 23 ਸਾਲ ਸੀ ਤੇ ਉਧਰ ਸਮਾਨਾ ਦੀ ਰਹਿਣ ਵਾਲੀ ਰਸਮਦੀਪ ਦੀ ਵੀ ਉਮਰ 23 ਸਾਲ ਸੀ। ਤਿੰਨਾਂ ਦੀ ਹੀ ਹਾਦਸੇ ਵਿੱਚ ਦਰਦਨਾਕ ਮੌਤ ਹੋਈ ਹੈ। ਸਮਾਨਾ ਦੀ ਰਹਿਣ ਵਾਲੀ ਰਸਮਦੀਪ ਦੇ ਪਰਿਵਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਆਪਣੀ ਬੱਚੀ ਨੂੰ ਆਖਰੀ ਵਾਰ ਦੇਖਣਾ ਚਾਹੁੰਦੇ ਸਨ। ਹਾਲੇ ਬੱਚੀ ਦਾ ਭਵਿੱਖ ਸ਼ੁਰੂ ਹੋਣਾ ਸੀ ਕਿਉਂਕਿ ਰਸਮਦੀਪ ਨੇ ਕੈਨੇਡਾ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ, ਪੀਆਰ ਅਪਲਾਈ ਕਰ ਚੁੱਕੀ ਸੀ। ਪਰਿਵਾਰ ਵੀ ਬੇਹੱਦ ਖੁਸ਼ ਸੀ ਕਿ ਬੱਚੀ ਦਾ ਭਵਿੱਖ ਜਿਹੜਾ ਬਿਹਤਰ ਬਣੇਗਾ, ਚੰਗਾ ਹੋਏਗਾ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਇਹ ਮੰਦਭਾਗੀ ਖਬਰ ਮਿਲ ਗਈ ਕਿ ਜਦੋਂ ਇਹ ਬੱਚੇ ਵਾਪਸ ਪਰਤ ਰਹੇ ਸਨ ਤੇ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਜਿੱਥੇ ਤਿੰਨਾਂ ਦੀ ਮੌਤ ਹੋ ਗਈ ਹੈ। ਸਮਾਣਾ ਦੇ ਰਹਿਣ ਵਾਲੇ ਰਸਮਦੀਪ ਦੇ ਪਰਿਵਾਰ ਦੇ ਵਿੱਚ ਵੀ ਮਾਤਮ ਪਸਰਿਆ ਹੈ ਤੇ ਉੱਧਰ ਅਮਲੋਹ ਦੇ ਰਹਿਣ ਵਾਲੇ ਨਵਜੋਤ ਤੇ ਹਰਮਨ ਦੇ ਘਰ 'ਚ ਵੀ ਜਿਹੜਾ ਇਹ ਮਾਤਮ ਪਸਰਿਆ ਹੋਇਆ ਹੈ। ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਉਹ ਬੱਚਿਆਂ ਦੀ ਖੁਸ਼ੀ ਨਾਲ ਉਡੀਕ ਕਰ ਰਹੇ ਸਨ, ਸਵਾਗਤ ਕਰਨਾ ਸੀ ਬੜੀ ਖੁਸ਼ੀ ਦੇ ਨਾਲ ਕਿ ਬੱਚੇ ਪੀਆਰ ਅਪਲਾਈ ਕਰਕੇ ਆਏ ਨੇ ਤਾਂ ਉਹਨਾਂ ਦਾ ਵਧੀਆ ਭਵਿੱਖ ਸੋਚ ਰਹੇ ਸਨ। ਪਰ ਉਸ ਤੋਂ ਪਹਿਲਾਂ ਹੀ ਇਹਨਾਂ ਤਿੰਨਾਂ ਬੱਚਿਆਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਤੇ ਤਿੰਨਾਂ ਦੀ ਹੀ ਥਾਂ ਮੌਤ ਹੋ ਗਈ। ਇਹਨਾਂ ਦੇ ਵਿੱਚੋਂ ਕਿਸੇ ਦੀ ਉਮਰ 19 ਸਾਲ ਹੈ, ਕਿਸੇ ਦੀ 21 ਸਾਲ ਹੈ ਤੇ ਕਿਸੇ ਦੀ 23 ਸਾਲ ਹੈ। ਦੱਸਿਆ ਜਾ ਰਿਹਾ ਕਿ ਰਸਮਦੀਪ ਵੀ 23 ਸਾਲਾਂ ਦੀ ਸੀ ਜੋ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਗਈ ਸੀ ਤੇ ਪੜ੍ਹਾਈ ਕਰਕੇ ਉਸਨੇ ਹੁਣ ਵਾਪਸ ਪਰਤਣਾ ਸੀ, ਪੀਆਰ ਤੱਕ ਅਪਲਾਈ ਕਰ ਚੁੱਕੀ ਸੀ। ਭੈਣ ਭਰਾ ਜਿਹੜੇ ਨੇ ਉਹ ਇਹਦੇ ਸਾਥੀ ਸਨ ਜਿਨ੍ਹਾਂ ਦੇ ਨਾਲ ਇਹ ਵਾਪਸ ਆ ਰਹੀ ਸੀ, ਕੈਬ ਦੇ ਵਿੱਚ ਤਿੰਨੋਂ ਸਵਾਰ ਸਨ ਤੇ ਉੱਥੇ ਹਾਦਸਾ ਵਾਪਰ ਗਿਆ ਜਦੋਂ ਇਸ ਚੱਲਦੀ ਕੈਬ ਦਾ ਟਾਇਰ ਨਿਕਲ ਗਿਆ। ਟਾਇਰ ਪਹਿਲਾਂ ਫਟਦਾ ਹੈ ਤੇ ਫਿਰ ਨਿਕਲ ਜਾਂਦਾ ਹੈ, ਗੱਡੀ ਦਾ ਸੰਤੁਲਨ ਇੱਦਾਂ ਵਿਗੜਦਾ ਹੈ ਕਿ ਤਿੰਨੋਂ ਹੀ ਗੱਡੀ 'ਚੋਂ ਬਾਹਰ ਡਿੱਗ ਜਾਂਦੇ ਨੇ ਤੇ ਤਿੰਨਾਂ ਦੀ ਥਾਂ ਮੌਤ ਹੋ ਜਾਂਦੀ ਹੈ। ਹੁਣ ਪਰਿਵਾਰ ਸਿਰਫ ਆਪਣੇ ਬੱਚਿਆਂ ਦਾ ਆਖਰੀ ਵਾਰ ਮੂੰਹ ਦੇਖਣਾ ਚਾਹੁੰਦੇ ਨੇ, ਜਿਸ ਲਈ ਉਹ ਗੁਹਾਰ ਲਗਾ ਰਹੇ ਨੇ ਸਰਕਾਰ ਨੂੰ, ਪ੍ਰਸ਼ਾਸਨ ਨੂੰ ਕਿ ਉਹਨਾਂ ਦੇ ਬੱਚਿਆਂ ਦੀ ਮ੍ਰਿਤਕ ਦੇਹਾਂ ਨੂੰ ਪੰਜਾਬ ਲਿਆਂਦਾ ਜਾਏ ਤੇ ਆਪਣੇ ਰਸਮਾਂ ਦੇ ਨਾਲ ਉਹਨਾਂ ਦਾ ਅੰਤਮ ਸੰਸਕਾਰ ਕਰ ਸਕਣ। ਹਾਲਾਂਕਿ ਬੇਹੱਦ ਵੱਡਾ ਦੁੱਖ ਹੈ ਜੋ ਇਹਨਾਂ ਪਰਿਵਾਰਾਂ ਤੋਂ ਝੱਲ ਨਹੀਂ ਹੋ ਰਿਹਾ, ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਆਪਣੇ ਬੱਚਿਆਂ ਨੂੰ ਆਖਰੀ ਵਾਰ ਉਹ ਦੇਖਣਾ ਚਾਹੁੰਦੇ ਨੇ, ਜਿਨ੍ਹਾਂ ਬੱਚਿਆਂ ਦਾ ਹਾਲੇ ਭਵਿੱਖ ਸ਼ੁਰੂ ਹੋਣਾ ਸੀ ਤੇ ਪਰਿਵਾਰ ਖੁਸ਼ ਸੀ ਕਿ ਉਹਨਾਂ ਨੇ ਪੜ੍ਹਾਈ ਪੂਰੀ ਕਰ ਲਈ ਹੈ, ਪੀਆਰ ਅਪਲਾਈ ਕਰਤੀ ਹੈ ਤੇ ਹੁਣ ਅੱਗੇ ਵੀ ਉਹਨਾਂ ਦਾ ਭਵਿੱਖ ਬਿਹਤਰ ਹੋਏਗਾ, ਪਰ ਕੀ ਪਤਾ ਸੀ ਕਿ ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਦੇ ਨਾਲ ਖਤਮ ਹੋ ਜਾਏਗੀ। ਇੱਕ ਮੰਦਭਾਗੇ ਹਾਦਸੇ ਦੇ ਵਿੱਚ ਤਿੰਨਾਂ ਦੀ ਹੀ ਜਾਨ ਚਲੀ ਗਈ ਹੈ, ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਰਸਮਦੀਪ ਕੌਰ ਸੀ, ਉਹਦੇ ਭਵਿੱਖ ਲਈ ਭੇਜਿਆ ਸੀ ਜੀ ਬਾਹਰ। ਕਿੰਨੇ ਸਾਲ ਹੋਏ ਕੈਨੇਡਾ ਗਏ? 3 ਸਾਲ 10 ਮਹੀਨੇ ਹੋਏ ਜੀ। ਅਤੇ ਉੱਥੇ ਕੀ ਸੂਚਨਾ ਮਿਲੀ ਤੁਹਾਨੂੰ ਕੱਲ੍ਹ?
ਉਹਨਾਂ ਉੱਭਰ ਕਰਕੇ ਪੀ ਆਰ ਦੀ ਫਾਈਲ ਲਾ ਕੇ ਉੱਭਰ ਕਰਕੇ ਆਉਣ ਦੇ ਸੀ, ਰਸਤੇ 'ਚ ਐਕਸੀਡੈਂਟ ਹੋ ਗਿਆ, ਕਹਿੰਦੇ ਗੱਡੀ ਦਾ ਟਾਇਰ ਖੁੱਲਿਆ, ਪਤਾ ਨਹੀਂ ਕੀ ਹੋਇਆ, ਕਹਿੰਦੇ ਅਤੇ ਉਹਦੇ ਵਿੱਚ ਬੱਚੇ ਦੋ, ਤਿੰਨ ਬੱਚੇ ਸੀ, ਤਿੰਨਾਂ ਦੀ ਡੈਥ ਹੋ ਗਈ। ਦੋ ਕਿੱਥੇ ਦੇ? ਦੋ ਮਲੋਹ ਦੇ ਲੱਗੇ ਤੇ ਮਲੋਹ ਦੇ ਕਿਸੇ ਪਿੰਡ ਦੇ। ਹਾਂਜੀ, ਹੁਣ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ? ਜਲਦੀ ਬੋਡੀ ਆ ਜਾਏ ਇੱਥੇ। ਅਸੀਂ ਸਰਕਾਰ ਨੂੰ ਇਹੀ ਮੰਗ ਕਰਾਂਗੇ ਜੀ, ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸਰਕਾਰ। ਮਾਸਟਰ ਜੀ ਨੇ ਕਿਸ ਤਰ੍ਹਾਂ, ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ, ਜਿਸ ਤਰ੍ਹਾਂ ਫੈਮਿਲੀ? ਬਸ ਆਪਣੇ ਭਵਿੱਖ ਲਈ, ਬੱਚਿਆਂ ਦੇ ਭਵਿੱਖ ਲਈ ਭੇਜੀ ਦਾ ਜੀ, ਅੱਗੇ ਹਾਂ ਵੀ ਉਹਨਾਂ ਦਾ ਭਵਿੱਖ ਬਣੇਗਾ ਸਾਨੂੰ ਵਧੀਆ। ਉਹ ਪਰਮਾਤਮਾ ਨੇ ਬੱਚੀ ਨੂੰ ਭਵਿੱਖ ਬਣਾਉਣਾ ਹੀ ਦਿੱਤਾ ਜੀ। ਅੱਧ ਜੀ, ਇਹ ਮੇਰੀ ਭਾਣ ਜੀ ਸੀ, 4 ਸਾਲ ਪਹਿਲਾਂ ਅਸੀਂ ਉਹਨੂੰ ਸਟੱਡੀ ਵਾਸਤੇ, ਉਹਦੇ ਚੰਗੇ ਭਵਿੱਖ ਵਾਸਤੇ ਉਹਨੂੰ ਭੇਜਿਆ ਸੀ। ਚਲੋ ਵਧੀਆ, ਹੁਣ ਤੱਕ ਠੀਕ ਰਹੀ ਆ। ਉਸ ਦਿਨ ਉਹ, ਜਿਸ ਦਿਨ ਉਹ ਗਏ, ਨਾਲ ਦੋ ਬੱਚੇ ਮਲੋਹ ਦੇ ਸੀਗੇ, ਤਿੰਨੋਂ ਜਾਣੇ ਸੀਗੇ। ਇਹਨਾਂ ਨੇ ਉੱਭਰ ਕਿਰਾਏ 'ਤੇ ਕਰੀ ਆ, ਤਾਂ ਇਹ ਆਪਣੀ ਫਾਈਲ ਲਾਉਣ ਗਏ ਸੀ ਪੀ ਆਰ ਦੀ। ਰਸਤੇ 'ਚ ਜਿਵੇਂ ਪਤਾ ਲੱਗਾ, ਕਾਰ ਦਾ ਪਿਛਲਾ ਪਹੀਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ, ਅਤੇ ਉਸ ਤੋਂ ਬਾਅਦ ਫਿਰ ਇਹ ਥੋੜ੍ਹਾ ਜਿਹਾ ਪਹਾੜੀ ਏਰੀਆ ਸੀਗਾ, ਉਹ ਰੁੱਖਾਂ ਰੱਖਾਂ 'ਚ ਵੱਜੀ ਗੱਡੀ, ਜਿੱਥੇ ਮਤਲਬ ਕਿ 3 ਬੱਚਿਆਂ ਦੀ ਡੈਥ ਹੋ ਗਈ। ਡਰਾਈਵਰ ਨੂੰ ਕੁਛ ਨਹੀਂ ਹੋਇਆ, ਉਹਦਾ ਉਹ ਠੀਕ ਰਿਹਾ। ਹੁਣ ਕੀ ਅਪੀਲ ਹੈ ਸਰਕਾਰ? ਅਪੀਲ ਤਾਂ ਇੱਕ ਬੇਨਤੀ ਹੋਈ ਆ ਵੀ ਐਂਡ ਹੁਣ ਡੈੱਡ ਬੋਡੀ ਦਾ ਹੀ ਹੁੰਦਾ ਸਾਰੇ ਮਾਂ ਬਾਪਾਂ ਨੂੰ। ਜੇ ਆਪਾਂ ਕਹੀਏ ਕੋਈ ਸਰਕਾਰਾਂ ਦਾ ਵੀ ਕੋਈ ਕਸੂਰ ਨਹੀਂ, ਕਿਸੇ ਦਾ ਕੋਈ ਕਸੂਰ ਨਹੀਂ, ਉੱਥੇ ਜਾਣਾ, ਬੱਚਾ ਪੜ੍ਹਨ ਜਾਂਦਾ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਆਪਣੇ ਭਵਿੱਖ ਲਈ ਜਾਂਦਾ। ਪਰ ਐਂਡ 'ਚ ਜਦੋਂ ਆਹ ਜਿਹੜਾ ਹਾਦਸਾ ਜਿਹੜਾ ਇਸ ਤਰ੍ਹਾਂ ਦਾ ਵਾਪਰਦਾ ਨਾ, ਇਹਦੇ ਵਾਸਤੇ ਇੱਕ ਸਰਕਾਰਾਂ ਨੂੰ ਜ਼ਰੂਰ ਅਪੀਲ ਆ ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਇਸ ਤਰ੍ਹਾਂ ਹੋ ਜਾਏ, ਤਾਂ ਪਲੀਜ਼ ਉਹਨੂੰ ਮਤਲਬ ਕਿ ਜਿੰਨੀ ਛੇਤੀ ਡੈੱਡ ਬੋਡੀ ਉਹਦੀ ਲਿਆਂਦੀ ਜਾ ਸਕਦੀ ਆ ਉਹ ਲਿਆਂਦੀ ਜਾਵੇ।